ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਟ੍ਰੈਵਲਰ ਕਿਟਸ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਅੱਜ ਦਾ ਦਿਨ ਸ਼ੁਰੂ ਕਰਨ ਲੱਗੇ ਆਂਗੇ ਕਿਲਾ ਮੁਬਾਰਕ ਬਠਿੰਡਾ ਸ਼ਹਿਰ ਤੇ ਆਪਾਂ ਬਠਿੰਡੇ ਸ਼ਹਿਰ ਪਹੁੰਚਾਂਗੇ ਆਪਣੇ ਭਰਾ ਦੇ ਕੋਲੇ ਯੋਧਾ ਫਿਲਮਸ ਧੰਨਵਾਦ ਜੀ ਸਾਰਿਆਂ ਦਾ ਤੇ ਸਵਾਗਤ ਆ ਬਾਈ ਜੀ ਹੁਣੀ ਸਾਡੇ ਕੋਲੇ ਆਏ ਆ ਬਹੁਤ ਖੁਸ਼ੀ ਹੋਈ ਤੇ ਅੱਜ ਆਪਾਂ ਕਿਲਾ ਮੁਬਾਰਕ ਜੀ ਜਿਵੇਂ ਬਾਈ ਜੀ ਨੇ ਦੱਸਿਆ ਖੜੇ ਹੋਏ ਆ ਤੇ ਅੱਜ ਆਪਾਂ ਵਲੌਗ ਦੇ ਵਿੱਚ ਤੁਹਾਨੂੰ ਕਿਲਾ ਮੁਬਾਰਕ ਪੂਰੀ ਡਿਟੇਲ 'ਚ ਦਿਖਾਵਾਂਗੇ ਤੇ ਇਹਦੇ ਬਾਈ ਹੁਣ ਬਹੁਤ ਸੋਹਣੇ ਸੋਹਣੇ ਸ਼ਾਟ ਕੱਢੇ ਆ ਤੇ ਇਹਦੇ ਸੰਬੰਧ ਦੇ ਵਿੱਚ ਜਿਵੇਂ ਵੀ ਆ ਜੋ ਵੀ ਇਨਫੋਰਮੇਸ਼ਨ ਸਾਡੇ ਕੋਲੇ ਅਸੀਂ ਪੂਰੀ ਪ੍ਰੋਵਾਈਡ ਕਰਾਵਾਂਗੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਇਹ ਨੇ ਆਪਣੇ ਭਰਾ ਜਿੰਮੀਪੁਰੀ ਜੀ ਤੇ ਇਹ ਅੱਜ ਆਪਣੇ ਨਾਲ ਇੱਕ ਚੀਜ਼ ਸਾਂਝੀ ਕਰਨਗੇ ਇਹਦੀ ਆਪਾਂ ਨੂੰ ਤੁਸੀਂ ਚੈੱਕ ਕੀਤਾ ਸੀ ਇਹਦੀ ਉਚਾਈ ਕਿੰਨੀ ਹੈਗੀ ਉਚਾਈ ਭਾਜੀ ਆਪਾਂ ਜੀ ਗੱਲ ਕਰੀਏ ਜੀ ਪਹਿਲਾਂ ਬਠਿੰਡੇ ਦੀ ਉਚਾਈ ਦੱਸਦੇ ਆ ਜੀ ਸਮੁੰਦਰ ਹਾਂਜੀ ਸਮੁੰਦਰ ਤਲ ਤੋਂ ਤਕਰੀਬਨ 200 ਪਲੱਸ ਕਿਲੋਮੀਟਰ 220 ਮੀਟਰ ਉੱਚਾ ਹੈ ਜੀ ਸਮੁੰਦਰੀ ਤਲ ਤੋਂ ਹਾਂਜੀ ਤੇ ਜੇ ਆਪਾਂ ਹੁਣ ਕਿਲੇ ਦੀ ਉਚਾਈ ਦੀ ਗੱਲ ਕਰੀਏ ਇਹ ਭਾਜੀ 30 ਮੀਟਰ ਤੇ 118 ਫੁੱਟ ਤਕਰੀਬਨ ਉੱਚਾ दर्शन करने का सुभाग प्राप्त होया ते इत्थे दो गुरुद्वारा साहब भी ने जी भी आपां तुहाडे नाल शॉर्ट सांझा करांगे भी इत्थे लंगरां दी सेवा भी चल रही है बहुत सारिया चीजा लास्ट व्लॉग गल की बसंत आले च पंजाब तो बहर बहुत ज्यादा घूम ले कोशिश करते हैं भी आप थोड़ा जिहड़ा साडा बहर जाके पता लगा भी जो साडा कल्चर है जो साडा इतिहास आ ਉਹ ਬਾਹਰ ਬਹੁਤ ਹੀ ਜ਼ਿਆਦਾ ਬਾਹਰ ਨਾਲੋਂ ਆਪਣਾ ਕਿਤੇ ਜ਼ਿਆਦਾ ਵੱਡਾ ਹੈਗਾ ਤੇ ਅਸੀਂ ਲੇਹ ਤੱਕ ਘੁੰਮੇ ਆਏ ਆ ਤਾਂ ਸਾਨੂੰ ਉੱਥੋਂ ਦਾ ਕੋਈ ਓਡਾ ਇਤਿਹਾਸ ਨਹੀਂ ਦਿਸਿਆਗਾ ਤੇ ਆਪਾਂ ਸੋਚਿਆ ਯਾਰ ਆਪਾਂ ਆਪਣੇ ਇਤਿਹਾਸ ਬਾਰੇ ਵੀ ਆਪਾਂ ਜਾਣੂ ਕਰਾਈਏ ਆਪਣੇ ਸਬਸਕ੍ਰਾਈਬਰਸ ਨੂੰ ਤੇ ਤੁਸੀਂ ਬਣੇ ਰਹੋ ਜੁੜੇ ਰਹੋ ਤੇ ਆਪਾਂ ਤੁਹਾਨੂੰ ਇੱਥੋਂ ਦੇ ਸ਼ਾਰਟਸ ਵੀ ਸਾਂਝੇ ਕਰਾਂਗੇ ਤੇ ਜਿੰਮੀ ਜੀ ਤੋਂ ਹੋਰ ਵੀ ਨੌਲੇਜ ਲਵਾਂਗੇ ਹਜੇ ਹੋਰ ਕਈ ਗੱਲਾਂ ਜਿਹੜੀਆਂ ਇਹ ਆਪਣੇ ਨਾਲ ਸਾਂਝੀਆਂ ਕਰਨਗੇ ਸਭ ਨਾਲੋਂ ਵੱਡੀ ਚੀਜ਼ ਇਹ ਆਉਂਦੀ ਜੀ ਆਪਣੀ ਮਾਤਰ ਭਾਸ਼ਾ ਪੰਜਾਬੀ 'ਚ ਆਪਾਂ ਵਲੌਗ ਕਰਦੇ ਆਂ ਜੀ ਤੇ ਜੇ ਆਪਾਂ ਉਸ ਭੂਮੀ ਦੇ ਬਾਰੇ ਨਾ ਦੱਸ ਸਕੇ ਜਿਹੜੀ ਭੂਮੀ ਤੇ ਆਪਾਂ ਜਨਮ ਲਿਆ ਜਿਹੜੀ ਆਪਾਂ ਇਹ ਮਾਤਰ ਭਾਸ਼ਾ ਸਿੱਖੀ ਆ ਤਾਂ ਕਿਤੇ ਨਾ ਕਿਤੇ ਮੈਨੂੰ ਐ ਲੱਗਦਾ ਹੁੰਦਾ ਵੀ ਆਪਣੀ ਨੌਲੇਜ ਅਧੂਰੀ ਰਹਿ ਜਾਏਗੀ ਅਧੂਰਾ ਰਹਿ ਜਾਊਗਾ ਕੁਛ ਨਾ ਕੁਛ ਪੈਂਡਿੰਗ ਰਹਿ ਜਾਂਦਾ ਹੈ ਕਿਤੇ ਨਾ ਕਿਤੇ ਅਸੀਂ ਆਪਦੇ ਆਪ ਨੂੰ ਕੰਪਲੀਟ ਕਰਨ ਲਈ ਇਹ ਜਿਹੜਾ ਸਵੱਪ ਬਣਾਇਆ ਹੋਇਆ ਤੇ ਦੇਖਦੇ ਆ ਜੋ ਵੀ ਆਪਾਂ ਗਾਂ ਗੱਡੀ ਨੂੰ ਕਰ ਸਕਦੇ ਹੋਏ ਸਾਡੀ ਪੂਰੀ ਜਿਹੜੀ ਦਿਲੋਂ ਕੋਸ਼ਿਸ਼ ਰਹੂਗੀ ਕਿ ਅਸੀਂ ਸਾਨੂੰ ਦੱਸਿਓ ਕੋਈ ਉਹ ਥਾਂ ਜਿਹੜੀ ਸਾਡੇ ਨਹੀਂ ਆਉਂਦੀ ਸਾਡੇ ਦਰਸ਼ਕ ਜੇ ਕੋਈ ਸਾਡਾ ਵਲੌਗ ਵੇਖਦੇ ਆ ਵੀ ਆ ਵੀ ਚੀਜ਼ ਕੈਪਚਰ ਕਰਨਾ ਵੀ ਇਹ ਕੈਪਚਰ ਕਰਨ ਵਾਲੀ ਰਹਿੰਦੀ ਆ ਤਾਂ ਆਪਾਂ ਉਹਦੇ ਇਤਿਹਾਸ ਤੋਂ ਤੁਹਾਨੂੰ ਜਾਣੂ ਵੀ ਕਰਾਵਾਂਗੇ ਤੇ ਉਹਦੇ ਸ਼ਾਟ ਵੀ ਲਵਾਂਗੇ ਤੇ ਆਪਣੇ ਚੈਨਲ ਤੇ ਰੱਖਾਂਗੇ ਹੁਣ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਆਪਦੇ ਧਿਆਨ ਵਿੱਚ ਲੈ ਆਂਦੀਆਂ ਆਪਾਂ ਉਹ ਸਾਰੀਆਂ ਤੁਹਾਨੂੰ ਸਟੈਪ ਬਾਏ ਸਟੈਪ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਭਾਵੇਂ ਉਹ ਐਟ ਅ ਟਾਈਮ ਉਹਨਾਂ ਦੀ ਇਤਿਹਾਸਕ ਤੌਰ ਤੇ ਤੁਸੀਂ ਕਹਿ ਲਓ ਵੀ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਹੋਣਗੀਆਂ ਉਹਨਾਂ ਨੂੰ ਸਾਂਭਿਆ ਗਿਆ ਸਰਕਾਰ ਵੱਲੋਂ ਜਾਂ ਨਹੀਂ ਸਾਂਭਿਆ ਗਿਆ ਆਪਾਂ ਮੌਜੂਦਾ ਸਥਿਤੀ ਭਾਵੇਂ ਆਪਾਂ ਨੂੰ ਟਿੱਬਿਆਂ 'ਚ ਕਹਿ ਲਓ ਟੋਇਆਂ 'ਚ ਕਹਿ ਲਓ ਜਾਂ ਖੰਡਰਾਂ 'ਚ ਕਹਿ ਲਓ ਜਾਣਾ ਪਵੇ ਪਰ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਉਹ ਜਿਹੜੀਆਂ ਨਾਕਾਮਯਾਬੀਆਂ ਨੇ ਸਰਕਾਰ ਦੀਆਂ ਉਹਨਾਂ ਨੂੰ ਨਾ ਸਾਂਭਿਆ ਗਿਆ ਹੈਗਾ ਆਪਾਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਸਾਰਿਆਂ ਨੂੰ ਜਾਣੂ ਕਰਾਵਾਂਗੇ ਸਭ ਤੋਂ ਜੀ ਵੱਡੀ ਗੱਲ ਜਿਹੜੀ ਹੈ ਨਾ ਜੀ ਕਿਉਂਕਿ ਜਿਵੇਂ ਕਿ ਦੱਸਿਆ ਆਪਾਂ ਕਿਲਾ 1100 ਸਾਲ ਪੁਰਾਣਾ ਹਾਂਜੀ ਇਮਾਰਤ ਨੂੰ ਬਚਾਉਣ ਲਈ ਉਹਦੀ ਮੁਰੰਮਤ ਦੀ ਜ਼ਰੂਰਤ ਹੁੰਦੀ ਹੈ ਜੀ ਜਿਵੇਂ ਕਿ ਇਹ ਚੀਜ਼ ਜਦਵੇਂ ਆਪਾਂ ਇਤਿਹਾਸਕਾਰ ਜਿਵੇਂ ਅੱਜ ਆਪਾਂ ਵੇਖਿਆ ਜੀ ਕਿੰਨੀਆਂ ਬਾਹਰੋਂ ਪ੍ਰਾਂਤਾਂ ਤੋਂ ਵੀ ਲੋਕ ਆਏ ਹੋਏ ਆ ਕਿਲੇ ਦੇ ਵਿੱਚ ਬਿਲਕੁਲ ਤੇ ਇਹਦੀ ਰਿਪੇਅਰ ਆ ਜਿਹੜੀ ਜੀ ਇਹ ਡਿਮਾਂਡ ਤੇ ਕਰਾਈ ਗਈ ਸੀ 2005 'ਚ ਸ਼ੁਰੂ ਕੀਤੀ ਸੀ 2011 ਦੇ ਵਿੱਚ ਕੰਪਲੀਟ ਹੋਈ ਸੀ ਜੀ ਬਾਈ ਜੀ ਠੀਕ ਹੈ ਜੀ ਤਕਰੀਬਨ ਇਹ 2.5 ਲੱਖ ਤੋਂ ਉੱਪਰ ਯੂਐਸ ਡਾਲਰ ਇੰਡੀਆ ਦਾ 25 ਲੱਖ ਰੁਪਈਆ ਤੇ ਲੱਗਿਆ ਵਾ ਇਹਦੀ ਮੇਨਟੇਨੈਂਸ ਤੇ ਠੀਕ ਹੈ ਜੀ ਤੇ ਪਰ ਹੁਣ ਗੱਲ ਇਹ ਆ ਵੀ ਗੁਰੂ ਘਰ ਹੋਣ ਕਰਕੇ ਮੇਰੇ ਹਿਸਾਬ ਨਾਲ ਤਾਂ ਹੀ ਮੇਨਟੇਨੈਂਸ ਹੋ ਰਹੀ ਆ ਤੇ ਕਿਉਂਕਿ ਸਕਤਾਂ ਜਿਹੜੀਆਂ ਰੋਜ਼ ਰੂਟੀਨ ਚ ਆਉਂਦੀਆਂ ਵਾ ਤੇ ਬਾਕੀ ਜੇ ਆਪਾਂ ਟੂਰਿਜ਼ਮ ਦੀ ਗੱਲ ਕਰੀਏ ਪੰਜਾਬ ਦੀ ਤੁਹਾਨੂੰ ਪ੍ਰੋਮੋਸ਼ਨ ਦੀ ਬਹੁਤ ਵੱਡੇ ਲੈਵਲ ਦੀ ਲੋੜ ਹੈ ਬਹੁਤ ਵੱਡੇ ਲੈਵਲ ਦੀ ਲੋੜ ਹੈ ਸਾਨੂੰ ਕਿਤੇ ਬਾਹਰ ਜਾਣ ਦੀ ਲੋੜ ਹੀ ਨਹੀਂ ਕਿ ਸਾਨੂੰ ਨਹੀਂ ਲੋੜ ਲੈ ਜਾ ਕੇ ਕਿਲੇ ਦੇਖਣ ਦੀ ਸਾਨੂੰ ਨਹੀਂ ਲੋੜ ਰਾਜਸਥਾਨ ਜਾਣ ਦੀ ਜੇ ਗੱਲ ਕੀਤੀ ਜਾਵੇ ਤਾਂ ਸਾਡੇ ਇੱਥੇ ਵੀ ਬਹੁਤ ਸਾਰੇ ਕਿਲੇ ਆ ਭਾਵੇਂ ਛੋਟੇ ਆ ਭਾਵੇਂ ਵੱਡੇ ਆ ਆਪਾਂ ਤੁਹਾਨੂੰ ਇਸੇ ਤਰ੍ਹਾਂ ਹੀ ਇਹ ਸੀਰੀਜ਼ ਦੇ ਵਿੱਚ ਦਰਾਹਾ ਫੋਰਟ ਅੱਗੇ ਜਾ ਕੇ ਦਿਖਾਵਾਂਗੇ ਜਾਂ ਨਾਭਾ ਫੋਰਟ ਦਿਖਾਵਾਂਗੇ ਪਟਿਆਲੇ ਵੀ ਦਿਖਾਵਾਂਗੇ ਆਪਾਂ ਸਾਰੇ ਫੋਰਟ ਭਾਵੇਂ ਛੋਟੇ ਆ ਭਾਵੇਂ ਵੱਡੇ ਹੋ ਤੁਹਾਡੇ ਨਾਲ ਜਲਦੀ ਸਾਂਝੇ ਕਰਾਂਗੇ ਕਵਰ ਕਰਾਂਗੇ ਆ ਜੋ ਬਣਦੇ ਆ ਜੁੜਦੇ ਆ ਤੇ ਅੱਗੇ ਵਧਦੇ ਆ ਯੈਸ लो जी आपां वलॉग शुरू कर देंगे किले दे बाहरी गेड़ी दे नाल किले दे बाहर दी गेड़ी लाउंदे लाउंदे आपां करदे आं एंट्री
ਅਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਵਿੱਚੋਂ ਦੇ ਅਲੱਗ ਅਲੱਗ ਦ੍ਰਿਸ਼ ਅਤੇ ਕਿਲ੍ਹੇ ਦੀ ਸੈਰ ਕਰਾਉਂਦੇ ਕਰਾਉਂਦੇ ਤੁਹਾਨੂੰ ਵਿਖਾਉਂਦੇ ਵਿਖਾਉਂਦੇ ਇਹਦੀ ਤੁਹਾਡੇ ਨਾਲ ਜਿੰਨੀ ਕੁ ਇਨਫੋਰਮੇਸ਼ਨ ਆ ਆਪਾਂ ਉਹ ਵੀ ਸਾਂਝੀ ਕਰਾਂਗੇ। ਕਈ ਪਾਸਿਆਂ ਤੋਂ ਜਿਹੜਾ ਕਿਲ੍ਹਾ ਹੈਗਾ ਉਹ ਢਹਿਆ ਪਿਆ ਹੈਗਾ ਅਤੇ ਰਿਪੇਅਰ ਚੱਲ ਵੀ ਰਹੀ ਆ। ਲਓ ਜੀ, ਇਹ ਹੈਗਾ ਇਤਿਹਾਸ ਗੁਰਦੁਆਰਾ ਹਾਜੀ ਰਤਨ। ਇੱਥੋਂ ਇਤਿਹਾਸ ਪੜ੍ਹ ਕੇ ਆਪਾਂ ਅੰਦਰ ਚੱਲਦੇ ਹਾਂ ਅਤੇ ਜਿਹੜਾ ਦੂਸਰਾ ਬੋਰਡ ਆ ਉਹ ਵੀ ਤੁਹਾਡੇ ਨਾਲ ਆਪਾਂ ਸਾਂਝਾ ਕਰਦੇ ਹਾਂ। ਇਹ ਹੈਗੀ ਜੀ ਮੇਨ ਐਂਟਰੀ ਕਿਲ੍ਹੇ ਦੀ। ਇੱਥੋਂ ਆਪਾਂ ਕਰਾਂਗੇ ਕਿਲ੍ਹੇ ਦੀ ਐਂਟਰੀ, ਇਹ ਫਰੰਟ ਗੇਟ ਕਿਲ੍ਹੇ ਦਾ। ਰਾਈਟ ਹੈਂਡ ਸਾਈਡ 'ਤੇ ਜਿਹੜੀ ਆਪਾਂ ਨੂੰ ਦਿਸ ਰਹੀ ਉਹ ਪਾਰਕਿੰਗ ਆ, ਇੱਧਰ ਕਾਰ ਦੀ ਪਾਰਕਿੰਗ ਅਤੇ ਲੈਫਟ ਹੈਂਡ ਸਾਈਡ 'ਤੇ ਬਾਈਕ ਪਾਰਕਿੰਗ ਆ, ਟੂ ਵੀਲਰਸ ਦੀ। ਇਹ ਬਠਿੰਡੇ ਕਿਲ੍ਹੇ ਦਾ ਇਤਿਹਾਸ ਆ ਜਿਹੜਾ ਕਿ ਹਿਸਟੋਰੀਕਲ ਆ, ਇਹ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਅੰਦਰ ਜਾਂਦੇ ਜਾਂਦੇ। ਹੁਣ ਆਪਾਂ ਕਰਦੇ ਹਾਂ ਗੇਟ 'ਚੋਂ ਐਂਟਰੀ। ਜਿਵੇਂ ਕਿ ਆਪਾਂ ਨੂੰ ਸਾਹਮਣੇ ਉਹ ਦਿਖਾਈ ਦੇ ਰਿਹਾ ਵੀ ਜਿਹੜਾ ਕਿਲ੍ਹੇ ਦਾ ਗੇਟ ਆ ਉਹਨੂੰ ਸਪੋਰਟ ਕੀਤੀ ਗਈ ਆ ਪਾਸਿਆਂ ਤੋਂ। ਲਓ ਜੀ, ਹੋ ਗਈ ਐਂਟਰੀ। ਕਾਫੀ ਪੁਰਾਣਾ ਹੋ ਚੁੱਕਿਆ ਕਿਲ੍ਹਾ, ਆਪਾਂ ਕਹਿ ਲਈਏ ਤਾਂ 1100 ਸਾਲ ਪੁਰਾਣਾ ਆਪਾਂ ਮੰਨ ਸਕਦੇ ਹਾਂ। ਇਹ ਡਿਓਡੀ ਗੇਟ ਆ ਜੀ। ਇਹ ਸਾਹਮਣੇ ਜਿਹੜੀ ਆਪਾਂ ਨੂੰ ਹੁਣ ਜੇਲ੍ਹ ਦਿਖਾਈ ਦੇ ਰਹੀ ਆ ਸਾਹਮਣੇ, ਇੱਥੇ ਰਜ਼ੀਆ ਸੁਲਤਾਨਾ ਨੂੰ ਕੈਦ ਕਰਕੇ ਰੱਖਿਆ ਗਿਆ ਸੀ। ਫਰੰਟ ਗੇਟ ਜਿਹੜਾ ਸਾਹਮਣੇ ਨਾਲ ਗੇਟ ਆਪਾਂ ਨੂੰ ਦਿਸ ਰਿਹਾ ਉਹ ਟੈਂਪਰੇਰੀ ਗੇਟ ਲਗਾਇਆ ਗਿਆ ਅਤੇ ਸਾਹਮਣੇ ਥੰਮੀਆਂ ਲਾ ਕੇ ਕਿਲ੍ਹੇ ਨੂੰ ਖੜਾਇਆ ਗਿਆ, ਕਿਉਂਕਿ ਜਿਹੜੀਆਂ ਡਾਟਾਂ ਨੇ ਉਹ ਬਹੁਤ ਹੀ ਜ਼ਿਆਦਾ ਕਮਜ਼ੋਰ ਪੈ ਚੁੱਕੀਆਂ ਨੇ। ਇਹ ਗੇਟ ਆਪਣਾ ਥੱਲੇ ਗਾਰਡਰ ਵਗੈਰਾ ਲਗਾਏ ਗਏ ਨੇ। ਇੱਥੇ ਇੱਕ ਚੀਜ਼ ਹੋਰ ਆ, ਬੜੀ ਚਹਿਲ ਪਹਿਲ ਆ, ਬੜੀ ਸੰਗਤ ਇੱਥੇ ਦਰਸ਼ਨਾਂ ਨੂੰ ਵੀ ਆਉਂਦੀ ਆ ਅਤੇ ਕਿਲ੍ਹਾ ਵੇਖਣ ਵੀ ਬਾਹਰਲੇ ਸਟੇਟਾਂ ਤੋਂ ਵੀ ਕਾਫੀ ਲੋਕ ਆਉਂਦੇ ਆ। ਆਪਾਂ ਇੱਥੋਂ ਇੱਕ ਵਾਰੀ ਕੈਮਰਾ ਚਾਰੇ ਪਾਸੇ ਘੁਮਾ ਕੇ ਤੁਹਾਨੂੰ ਕਿਲ੍ਹੇ ਦਾ ਐਂਟਰੀ ਤੋਂ ਅੰਦਰੂਨਾ ਪਾਸਾ ਆਪਾਂ ਵਿਖਾਉਂਦੇ ਹਾਂ। ਲਓ ਜੀ, ਇਹ ਸਾਹਮਣੇ ਉਹ ਦੂਰ ਤਿੱਕਰ ਕਿਲ੍ਹੇ ਦਾ ਲਾਸਟ ਤਿੱਕਰ ਜਾਣ ਨੂੰ ਰਸਤਾ ਹੈ ਅਤੇ ਇੱਥੋਂ ਆਪਾਂ ਉੱਪਰ ਚੱਲਦੇ ਹਾਂਗੇ ਅਤੇ ਇਹ ਕਿਲ੍ਹੇ ਦਾ ਬਾਹਰੀ ਗੇਟ ਆ ਜਿਹੜਾ ਕਿ ਬੰਦ ਹੀ ਰਹਿੰਦਾ, ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਖੁੱਲ੍ਹਦਾ ਹੋਊਗਾ ਪਰ ਇੱਧਰਲੇ ਪਾਸਿਓਂ ਕਿਲ੍ਹੇ ਦੀ ਕਾਫੀ ਜ਼ਿਆਦਾ ਮੇਨਟੇਨੈਂਸ ਹੋ ਚੁੱਕੀ ਆ, ਕਾਫੀ ਜ਼ਿਆਦਾ, ਅਤੇ ਬਹੁਤ ਸੋਹਣਾ ਲੱਗ ਰਿਹਾ ਇੱਧਰਲੀ ਸਾਈਡ ਆ ਜਿਹੜੀ। ਸਾਹਮਣੇ ਲੰਗਰ ਚੱਲ ਰਿਹਾ ਅਤੇ ਗੁਰਦੁਆਰਾ ਸਾਹਿਬ ਹਾਜੀ ਰਤਨ ਆ। ਹਾਜੀ ਰਤਨ ਦੀ ਵੀ ਇੱਕ ਪੁਰਾਣੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਹੈਗੀ ਹੈਗੀ ਸਾਖੀ, ਆਪਾਂ ਉਹ ਤੁਹਾਡੇ ਨਾਲ ਉਹ ਵੀ ਗੱਲ ਜਿਹੜੀ ਹੈਗੀ ਆ ਸ਼ੇਅਰ ਕਰਾਂਗੇ। ਹਾਜੀ ਰਤਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਇੱਥੇ ਬਠਿੰਡਾ ਆਏ ਸੀਗੇ ਭੁੱਚੋ ਅਤੇ ਭਾਗੂ ਤੋਂ ਹੁੰਦੇ ਹੋਏ 1706 ਈਸਵੀ ਵਿੱਚ, ਤਾਂ ਉਹ ਜੋ ਉਦੋਂ ਹਾਜੀ ਰਤਨ ਸਾਹਿਬ ਨੂੰ ਮਿਲੇ ਸੀਗੇ ਅਤੇ ਉਦੋਂ ਤੋਂ ਇੱਥੇ ਜਿਹੜਾ ਗੁਰਦੁਆਰਾ ਸਾਹਿਬ ਹਾਜੀ ਰਤਨ ਸੁਸ਼ੋਭਿਤ ਆ। ਆਪਾਂ ਚੱਲਦੇ ਹਾਂ ਆ ਜਾਓ ਥੱਲੇ ਨੂੰ ਅਤੇ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ। ਇਹ ਦਰਬਾਰ ਸਾਹਿਬ ਆਈ ਅਤੇ ਇੱਧਰਲੀ ਸਾਈਡ ਤੋਂ ਆਪਾਂ ਲੈਂਦੇ ਹਾਂ ਦੇਗ ਅਤੇ ਸਾਹਮਣੇ ਛਕਿਆ ਜਾ ਰਿਹਾ ਲੰਗਰ। ਇਹ ਆ ਗਿਆ ਜਿਹੜਾ ਆਪਾਂ ਸਾਹਮਣੇ ਗੇਟ ਜਿੱਥੋਂ ਹੋ ਕੇ ਆਏ ਹਾਂ। ਇਹ ਸਾਹਮਣੇ ਜਿਹੜੇ ਕਮਰੇ ਵੀ ਦਿਖਾਈ ਦੇ ਰਹੇ ਆ ਜੇ ਕਿਲ੍ਹੇ ਵਿੱਚ ਤਾਂ ਉਹ ਸਾਹਮਣੇ ਗੇਟ 'ਤੇ ਡਿਓਡੀ 'ਤੇ ਹੀ ਦਿਖਾਈ ਦੇ ਰਹੇ ਆ, ਹੋਰ ਆਪਾਂ ਨੂੰ ਕਿਸੇ ਵੀ ਜਗ੍ਹਾ ਦੇ ਉੱਤੇ ਕੋਈ ਕਮਰੇ ਵਗੈਰਾ ਨਹੀਂ ਦੇਖਣ ਨੂੰ ਮਿਲੇ। ਨਿਸ਼ਾਨ ਸਾਹਿਬ ਅਤੇ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਦਾ ਬਾਹਰੀ ਦ੍ਰਿਸ਼ ਅਤੇ ਇਹ ਪਾਰਕ ਬਣਿਆ ਹੋਇਆ ਜੀ ਅੰਦਰ ਜਦੋਂ ਆਪਾਂ ਅੰਦਰਲੀ ਸਾਈਡ ਜਾਂਦੇ ਹਾਂ। ਬਹੁਤ ਹੀ ਖੁੱਲ੍ਹਾ ਡੁੱਲਾ ਕਿਲ੍ਹਾ ਹੈਗਾ ਅਤੇ ਬਹੁਤ ਪੁਰਾਣਾ ਕਿਲ੍ਹਾ ਹੈ, ਕਾਫੀ ਜ਼ਿਆਦਾ ਮੇਨਟੇਨੈਂਸ ਇਹਦੀ ਹੋ ਰਹੀ ਆ, ਪਰ ਆਪਾਂ ਜੇ ਗੱਲ ਕਰੀਏ ਨਾ ਸਿੱਖ ਇਤਿਹਾਸ ਦੀ ਜਾਂ ਸਾਡੀਆਂ ਹਿਸਟੋਰੀਕਲ ਪਲੇਸਿਸ ਦੀ ਤਾਂ ਉਹਨਾਂ ਨੂੰ ਪ੍ਰੋਪਰ ਸਾਂਭਿਆ ਨਹੀਂ ਗਿਆ, ਤਾਂ ਆਪਾਂ ਨੂੰ ਹਮੇਸ਼ਾ ਸ਼ਿਕਵੇ ਰਹਿੰਦੇ ਆ ਵੀ ਉਹਨਾਂ ਨੂੰ ਸਾਂਭ ਸੰਭਾਲ ਉਹਨਾਂ ਦੀ ਕੀਤੀ ਜਾਵੇ। ਆਹ ਵੀ ਜਿਹੜੀ ਆਪਾਂ ਦੇਖ ਰਹੇ ਹਾਂ 2005 ਦੇ ਵਿੱਚ ਇਹ ਸ਼ੁਰੂਆਤ ਹੋਈ ਸੀਗੀ ਸੰਭਾਲ ਦੀ, ਤਾਂ ਉਦੋਂ ਜਿੰਨਾ ਕੁ ਬਜਟ ਸੀਗਾ ਉਨੀ ਹੋ ਚੁੱਕੀ ਹੈਗੀ ਅਤੇ ਉਸ ਤੋਂ ਬਾਅਦ ਹੁਣ ਕੰਮ ਦੁਬਾਰਾ ਰੁਕਿਆ ਗਿਆ। ਇਹ ਪੁਰਾਣੀ ਖੂਹੀ ਆ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜੇ ਆਪਾਂ ਵੇਖਿਆ ਜਾਵੇ ਤਾਂ ਪਾਣੀ ਦੇ ਜਿਹੜੇ ਸਾਧਨ ਬੜੇ ਸੀਮਿਤ ਹੁੰਦੇ ਸੀ ਅਤੇ ਉਸ ਸਮੇਂ ਦੀ ਇਹਨਾਂ ਨੇ ਆਪ ਹੀ ਜਿਹੜੀ ਖੂਹੀ ਆ ਇੱਥੇ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀ, ਬੜੀ ਵਧੀਆ ਮੇਨਟੇਨ ਕੀਤੀ ਗਈ ਹੈਗੀ। ਪਰ ਆਪਾਂ ਇਹੀ ਚਾਹੁੰਦੇ ਵੀ ਜਿੱਦਾਂ ਇੱਥੋਂ ਦੀ ਮੇਨਟੇਨੈਂਸ ਹੈਗੀ ਹੈ ਇਵੇਂ ਸਾਰੇ ਕਿਲ੍ਹੇ ਦੀ ਮੇਨਟੇਨੈਂਸ ਕੀਤੀ ਜਾਵੇ ਤਾਂ ਜੋ ਪੁਰਾਣੇ ਇਤਿਹਾਸ ਨੂੰ ਆਪਾਂ ਪੁਰਾਣੇ ਸਰੋਤਾਂ ਨੂੰ ਸਾਂਭ ਸੰਭਾਲ ਕਰਕੇ ਰੱਖ ਸਕੀਏ
ते साडियां आउण वालियां पीढ़ियां उन्हां तों जाणू हो सकन। हुण 1100 साल पुराना किला आपां नूं वेखण नूं मिल रहा अति सुंदर बठिंडे शहर दे विच। आपां गल कर रहे सी वी पूरे पंजाब दे विच इहो जिहा बहुत सारियां लोकेशनस आ जिहड़ियां हजे आपां विखाउण तों वांझे आ। आपां कोई गल नहीं, आपां जल्दी शेयर करांगे उह वी सारियां कल्ली कल्ली करके अपने सबसक्राइबरस नाल। आपां इधर भी उपर जाने, इधर उपर जाण नूं रस्ता बनिया होया, ये भी काफ़ी उचाई दे उत्ते आपां इन्होंने रस्ता बंद किया वा। दोनों साइड जिहड़ियां हैगियां पौड़ियां बनिया हुई ने, ये लैफ्ट साइड लैफ्ट हैंड साइड भी उपर जाण वास्ते रस्ता है किले की सिक्योरिटी परपस लई, ते इधर राइट हैंड साइड ते भी आ, पर इन्होंने बंद किया होया क्योंकि जिहड़ी किले की मेनटेनेंस चल रही। ये आ गया जी गुरद्वारा साहब जिहड़ा कि गुरु गोबिंद सिंह जी नाल संबंधित आ, ते इत्थे गुरु गोबिंद सिंह जी दे शस्त्र भी पए ने, वह भी आपां तुहाडे नाल सांझे करदे आ। ते उदों पहलां तुसीं देखो किले दे सब तो उचाई वाली जगह तो किले का दृश्य आनंद लो। ये गुरद्वारा साहब आई अंदर महाराज प्रकाश आ, सतनाम वाहेगुरु। ये शस्त्र है जिहड़े कि इतिहासक गुरु गोबिंद सिंह जी नाल संबंधित ने। यह बठिंडा शहर का बाहरी दृश्य आ गया जिहड़ा कि उपरों दिस रहा। आपां गल कर रहे सी बठिंडा जिवें आपां आम ही मशहूर आ, कहिंदे पानी नाल जदों बारिश आउंदी तां डुब जांदा, वाकई बहुत नीवी जगह दे उत्ते आ। इह किले दी बिल्कुल उचाई वाली जगह जिथे गुरद्वारा साहब बनिया होया जिहड़ा, ते आपां इत्थों तुहाडे नाल होर वी जिहड़ियां चीज़ां शेयर करदे रहांगे। इसे तरह ही बने रहो, जुड़े रहो, उदों तक दे लई सारिआं नूं ਸਤਿ ਸ਼੍ਰੀ ਅਕਾਲ।